ਵਿਦੇਸ਼ਾਂ ਦੀ ਧਰਤੀ ਤੇ। ਹਰਪ੍ਰੀਤ ਸਾਹਿਬ ਚਾਰ ਲੈਣਾ ਮੇਰੇ ਲਈ ਮੰਗਲ ਭਾਜ ਨੇ ਲਿਖ ਕੇ ਦੇ ਗਏ ਸੀ ਕਿ ਮੈਂ ਇਕੱਲਾ ਨਹੀਂ ਕਹਿੰਦਾ ਇਹ ਛੋਰ ਜਵਾਨੇ ਦਾ, ਜਦ ਤੱਕ ਰਹੂ ਵੱਡੀ ਨਾ ਰਹੂ ਪਿੰਡ ਬਾਜੇ ਖਾਨੇ ਦਾ, ਚੇਤੇ ਰੱਖੋ ਮੰਗਲ ਦੇ ਬੋਲ ਕਹੇ, ਕਦੇ ਕਦੇ ਆਉਂਦੇ ਆ ਜੱਗ ਵਿੱਚ ਹਰਜੀਤ ਜਹੇ, ਕਦੇ ਕਦੇ ਆਉਂਦੇ ਆ ਜੱਗ ਵਿੱਚ ਹਰਜੀਤ ਜਹੇ। ਆਰ ਵੇਖ ਰਿਹਾ ਵੀ ਕਲਿਆਣ ਦੀ ਧਰਤੀ ਦਾ ਸੋਨੀ ਸਵੱਦੀ ਵਾਲੇ ਨੂੰ ਜਫਾ ਲਾਉਣ ਦੀ ਪੂਰੀ ਕੋਸ਼ਿਸ਼ ਵਿੱਚ ਹੈ। ਐਣ ਕਹਿੰਦੇ ਵੀ ਭੈਣ ਘੁੱਗੀਆਂ ਜਰਵਾਣੇ ਪੱਟਾਂ ਤੇ, ਬਹੁਤੇ ਖੇਡਦੇ ਕਬੱਡੀ ਪੁੱਤ ਜੱਟਾਂ ਦੇ, ਭੱਜਦੇ ਆ ਵਾਂਗ ਰੇਲ ਦੇ, ਭੱਜਦੇ ਆ ਵਾਂਗ ਰੇਲ ਦੇ। ਹਾਂਜੀ ਸਾਡੇ ਨੱਬੀ ਕੈਨੇਡਾ ਵਾਲੇ ਬਹੁਤ ਪਿਆਰੇ ਦੋਸਤ ਨੇ, ਔਰ ਜਿੰਨੇ ਵਰਿੰਦਰ ਦੌਰ ਵਾਲਾ ਜਫੇ ਲਾਵੇਗਾ ਉਹਨੇ ਸੌ ਸੌ ਦੇ ਸਨਮਾਨ ਹੋ ਜਾਣੇ। ਮੈਂ ਵੇਖ ਰਿਹਾ ਵੀ ਟੇਕ ਧਰਤੀ ਮਾਂ ਨੂੰ ਮੱਥਾ, ਆਏ ਸਮੇਂ ਇਹ ਕਪਤਾਨ ਨੇ ਕਬੱਡੀ ਪਾਈ ਹੈ। ਔਰ ਚਾਰ ਜਾਫੀ ਬੈਠ ਜਾ ਮੇਰੇ ਵੀਰ, ਬੈਠ ਜਾ ਮੇਰੇ ਵੀਰ, ਦਰਸ਼ਕ ਰੱਬ ਸੰਗਦਾ ਇਹ ਤੁਹਾਡੇ ਮੈਚਾਂ ਨੂੰ ਵੇਖਣ ਵਾਸਤੇ ਪੁੱਜੇ ਹੈ। ਔਰ ਵੇਖ ਰਿਹਾ ਵੀ ਆਏ ਸਮੇਂ ਇਹ ਪੀਤਾ ਦੌਦਰ ਦੀ ਧਰਤੀ ਦਾ ਬਹੁਤ ਹੀ ਸੋਹਣਾ ਜਫਾ ਲਾਉਣ ਦੀ ਪੂਰੀ ਕੋਸ਼ਿਸ਼ ਵਿੱਚ ਹੈ। ਇੱਕ ਪਾਸੇ ਕਪਤਾਨ ਹਲਕੀ ਸੱਟ ਲੱਗੀ ਹੈ, ਔਰ ਪੁਆਇੰਟ ਜਿਹੜਾ ਦੌਦਰ ਦੇ ਖਾਤੇ ਹੈ। ਔਰ ਵੇਖ ਰਿਹਾ ਵੀ ਬੜੇ ਤਗੜੇ ਮੁਕਾਬਲੇ ਜਿਹੜਾ ਇਹਨਾਂ ਮੈਦਾਨਾਂ ਵਿੱਚ ਹੈ। ਇਹ ਸਾਡੀ ਮਾਂ ਖੇਡ ਕਬੱਡੀ ਹੈ, ਕਹਿੰਦੇ ਵੀ ਮਾਂ ਦਾ ਪਿਆਰ ਸਭ ਤੋਂ ਵੱਧ ਹੁੰਦਾ ਹੈ। ਔਰ ਮੇਰੇ ਮਿੱਤਰੋ ਇੱਕ ਮਾਂ ਬੋਰਡ ਦੀ ਸ਼ਾਂ ਤੇ ਰੱਬ ਦਾ ਨਾਂ, ਕਦੇ ਮਾਣਕ ਸਾਹਿਬ ਕਹਿੰਦੇ ਨੇ ਮਾਂ ਹੁੰਦੀ ਏ ਮਾਂ ਉਹ ਦੁਨੀਆਂ ਵਾਲਿਓ, ਮਾਂ ਹੁੰਦੀ ਏ ਮਾਂ ਉਹ ਦੁਨੀਆਂ ਵਾਲਿਓ। ਔਰ ਦੇਖ ਰਿਹਾ ਵੀ ਸਾਹਮਣੇ ਆਏ ਸਮੇਂ ਇਹ ਬਿੱਟੂ ਦੌਦਰ ਵਾਲਾ ਕਬੱਡੀ ਪਾ ਰਿਹਾ ਹੈ, ਔਰ ਬਹੁਤ ਹੀ ਸੋਹਣਾ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਬਿੱਟੂ ਦੌਦਰੀ ਹੈ। ਆ ਵੀ ਨੌਜਵਾਨ ਪਾ ਵੀ ਕਬੱਡੀ ਚੱਲ ਵੀ ਤਾਰੀ ਸੀ ਆ ਪਾ ਵੀ ਕਬੱਡੀ। ਜੈਤੋ ਵਾਲੇ ਤਾਰੀ ਵਾਂਗੂ ਧਰਮਰਾਜ ਬਣ ਬਹਿੰਦਾ ਸੀ। ਵੇਖ ਰਿਹਾ ਵੀ ਜੈਤੋ ਵਾਲਾ ਤਾਰੀ ਬੜਾ ਮਸ਼ਹੂਰ ਹੈ, ਜੈਤੋ ਦਾ ਮੋਰਚਾ ਬੜਾ ਮਸ਼ਹੂਰ ਹੈ। ਆਹ ਵਰਿੰਦਰ ਦੌਲਰੀ ਨੇ ਗੁੱਟ ਫੜੇ ਹੈ, ਸੌ ਦਾ ਮਾਣ ਹੋ ਜਾਣਾ ਹੈ, ਐਨ ਪੇਚਾ ਪੈ ਗਿਆ ਹੈ। ਔਰ ਕੁੰਡੀਆਂ ਵਾਲੇ ਸਿੰਘ ਫਸ ਗਏ ਹੈ ਕਿ ਡਾਂਗ ਉੱਤੇ ਡੇਰਾ ਜੱਟਦਾ, ਕੋਈ ਆਣ ਕੇ ਮਾਈ ਦਾ ਲਾਲ ਟੱਕਰੇ, ਡਾਂਗ ਉੱਤੇ ਡੇਰਾ ਜੱਟਦਾ ਹੈ। ਲੱਗਦਾ ਵੀ ਮਾਈ ਦਾ ਲਾਲ ਟੱਕਰ ਗਿਆ, ਇਧਰਲੇ ਪਾਸੇ ਤੀਆਂ ਸਕਿੰਟਾਂ ਦਾ ਫੈਸਲਾ ਹੋ ਗਿਆ ਕਿ ਗਿਆ ਵਕਤ ਨਾ ਹੱਥ ਆਮਦਾਈ, ਤੇ ਛੋਟਾ ਕਮਾਨ ਚੋਣਾ ਮੁੜਦਾ ਤੀਰ ਮੀਆਂ, ਮੁਰਸ਼ਦਾ ਬਾਜਣਾ ਦਿਸੇ ਰਾਹ ਕੋਈ, ਤੇ ਦੁੱਧਾ ਬਾਜਣਾ ਰਿਜਦੀ ਖੀਰ ਮੀਆਂ, ਦੁੱਧਾ ਬਾਜਣਾ ਰਿਜਦੀ ਖੀਰ ਮੀਆਂ। ਔਰ ਦੂਸਰੇ ਸੋਨੀ ਕਹਿੰਦੇ ਵੀ ਅੱਜ ਪੁੱਤ ਬਣ ਕੇ ਦੌਦਰ ਦਾ ਖੇਡਦਾ ਨਜ਼ਰੀ ਆ ਰਿਹਾ ਹੈ। ਔਰ ਦੂਸਰੇ ਬੰਨੇ ਸਵਰਗੀ ਸਰਦਾਰ ਭੋਲੇ ਸਿੰਘ ਦਾ ਇਹ ਲਾਡਲਾ ਸਪੁੱਤਰ ਕਹਿੰਦੇ ਵੀ ਧਣੀਏ ਦੇ ਨਾਂ ਤੇ ਖੇਡਦਿਆਂ ਮਸ਼ਹੂਰ ਹੋਇਆ ਛੱਤਾ ਧਣੀਏ ਵਾਲਾ, ਵਾਹ ਨਹੀਂ ਉਹ ਰੀਸਾ ਕਮਾਲ ਕੀਤੀ ਹੈ। ਕਹਿੰਦੇ ਵੀ ਗੇਲੇ ਘੋਲੀਏ ਦਾ ਭਾਣ ਜਾਏ ਨੌਜਵਾਨ ਜਿਹੜਾ ਇਸ ਸਮੇਂ ਜਫਾ ਲਾ ਰਿਹਾ ਹੈ ਕਿ ਫੜ ਲੈ ਜਦੋਂ ਲੱਤ ਘੋਲੀਆ ਕਹਿੰਦੇ ਫਿਰ ਛੱਡਦਾ ਨਹੀਂ, ਫੜ ਲੈ ਜਦੋਂ ਲੱਤ ਘੋਲੀਆ ਕਹਿੰਦੇ ਫਿਰ ਛੱਡਦਾ ਨਹੀਂ। ਕਿਆ ਕਿਆ ਸੀ ਇਹ ਮਨ ਪਤਾ। ਔਰ ਦੂਸਰੇ ਬੰਨੇ ਕਪਤਾਨ ਬਸੰਤ ਜੀ ਇੱਕ ਨੋਟ ਕਰਿਓ, ਔਰ ਜਾਗਤ ਤੁਸੀਂ ਡਿਕਲੇਅਰ ਨਾ ਕਰੋ ਕਿਉਂਕਿ ਦੌਦਰ ਦੀ ਟੀਮ ਇਤਰਾਜ ਦੇਈ ਜਾਂਦੀ ਆ ਵੀ ਕਲਿਆਣ ਦੇ ਵਿੱਚ ਤਿੰਨ ਬੰਦੇ ਬਾਹਰੋਂ ਖੇਡਦੇ ਆ। ਸੋਨਾਲ ਹੀ ਮਹੀਆਂ ਵਾਲਾ ਤੇ ਗਾਲਬਕਲਾਂ ਦੀਆਂ ਟੀਮਾਂ ਵੀ ਤਿਆਰ ਰਹਿਣ। ਇੱਕ ਪਾਸੇ ਕਪਤਾਨ ਹਲਕੀ ਸੱਟ ਲੱਗੀ ਹੈ, ਫਿਰ ਵੀ ਹੌਸਲੇ ਬੁਲੰਦ ਨੇ, ਪੁਆਇੰਟ ਲੈ ਕੇ ਵਾਪਸ। ਚਾਲੀ ਬਿੱਟੂ ਸੀ ਆ ਪਾ ਵੀ ਕਬੱਡੀ ਨੌਜਵਾਨ ਹੈ, ਇਹ ਧਰਤੀ ਪੰਜਾਬ ਦੀ ਪੀਰ ਪੈਗੰਬਰ ਜਾਏ ਨੇ, ਗਿੱਧੇ ਭੰਗੜੇ ਛਿੰਝ ਕਬੱਡੀਆਂ ਬਈ ਕਿੱਥੋਂ ਤੀਕ ਵਧਾਏ ਨੇ, ਗਿੱਧੇ ਭੰਗੜੇ ਛਿੰਝ ਕਬੱਡੀਆਂ ਇਹ ਕਿੱਥੋਂ ਤੀਕ ਵਧਾਏ ਨੇ। ਔਰ ਮੈਂ ਵੇਖ ਰਿਹਾ ਵੀ ਖੇਡ ਪ੍ਰਮੋਟਰਾਂ ਦਾ ਬਹੁਤ ਵੱਡਾ ਯੋਗਦਾਨ ਹੈ, NRI ਵੀਰਾਂ ਦਾ ਬਹੁਤ ਵੱਡਾ ਯੋਗਦਾਨ ਹੈ, ਕੋਚ ਸਾਹਿਬਾਨਾਂ ਦਾ ਬਹੁਤ ਵੱਡਾ ਯੋਗਦਾਨ ਹੈ, ਇੱਕ ਪਾਸੇ ਸਰਦਾਰ ਕੌਰ ਸਿੰਘ ਜੀ, ਔਰ ਦੂਸਰੇ ਬੰਨੇ ਵੇਖ ਰਿਹਾ ਵੀ ਸਾਡੇ ਬਰਾੜ ਸਾਹਿਬ ਨਾਲ ਹੀ ਗੁਰਮੁਖ ਸੋਢੀ ਵਾਲਾ। ਔਰ ਵੇਖ ਰਿਹਾ ਵੀ ਸਾਹਮਣੇ ਆਏ ਸਮੇਂ ਇਹ ਕਲਿਆਣਾ ਦੀ ਧਰਤੀ ਦਾ ਗੋਰਾ ਨਿਸ਼ੋ ਰੰਗ ਲਾਲ ਪੱਟੀ ਤੇਰੀ ਨੀਕਰ ਮੁੰਡਿਆ ਉਹ ਨਿਸ਼ਾਨੀ ਲੱਗਦਾ ਹੈ ਖਤਰੇ ਦੀ। ਔਰ ਵੇਖ ਰਿਹਾ ਵੀ ਕਪਤਾਨ ਔਰ ਪੁਆਇੰਟ ਆਏ ਸਮੇਂ ਕਹਿੰਦੇ ਵੀ ਦੌਦਰ ਦੇ ਖਾਤੇ ਹੈ।
ਇਹ ਪੁਆਇੰਟ ਡਲਰ ਦੇ ਖਾਤੇ ਹੈ। ਮੇਜਰ ਸਿੰਘ ਜੀ, ਤੁਸੀਂ ਬੜੀ ਤਕੜੀ ਕਬੱਡੀ ਖੇਡੀ ਹੈ, ਇੱਕ ਉਹ ਸਮਾਂ ਸੀ, ਇੱਕ ਆਹ ਸਮਾਂ, ਇੱਕ ਆਉਣ ਵਾਲਾ ਸਮਾਂ ਹੋਵੇਗਾ, ਕਬੱਡੀ ਦੀ ਹਮੇਸ਼ਾ ਬੱਲੇ ਬੱਲੇ ਰਹੀ ਹੈ, ਕਬੱਡੀ ਖੇਡ ਪਿਆਰੀ ਪੰਜਾਬੀਆਂ ਦੀ, ਸਾਰੀ ਦੁਨੀਆ ਵਿੱਚ ਇਹ ਗੱਲ ਚੱਲੇ, ਪੈਂਦੀਆਂ ਰੇਡਾਂ ਲੱਗਦੇ ਜੱਫਿਆਂ ਦੇ, ਲੋਕੀ ਜਾਣ ਹੱਸ ਕੇ ਬੱਲੇ ਬੱਲੇ, ਖੇਡਾਂ ਹੋਰ ਵੀ ਬਹੁਤ ਪਿਆਰੀਆਂ ਨੇ, ਪਰ ਸਾਡੀ ਕਬੱਡੀ ਤੋਂ ਥੱਲੇ ਥੱਲੇ, ਪਰ ਸਾਡੀ ਕਬੱਡੀ ਤੋਂ ਥੱਲੇ ਥੱਲੇ। ਇੱਕ ਪਾਸੇ ਦੌੜ ਰਹੀ ਹੈ ਔਰ ਦੂਸਰੇ ਬੰਨੇ ਛੱਤਾਂ ਐਨ ਤੱਫੇ ਵੱਜਦੇ ਨੇ, ਮੁਕਾਬਲਾ ਜ਼ੋਰਾਂ ਤੇ ਹੈ, ਵਾਹ ਵਾਹ ਨਹੀਂ ਰਿਸਾ, ਇਹ ਤੇ ਕਮਾਲ ਕੀਤੀ ਹੈ, ਇਹ ਪੁਆਇੰਟ ਛੱਤੇ ਨੇ ਕਲਿਆਣਾ ਦੀ ਟੀਮ ਦੇ ਲਈ ਜੋੜ ਦਿੱਤਾ ਹੈ। ਔਰ ਦੂਸਰੇ ਬੰਨੇ ਕਪਤਾਨ ਕੇ ਇਸ ਸਮੇਂ ਕਬੱਡੀ ਪਾ ਰਹੇ, ਮੈਂ ਵੇਖ ਰਿਹਾ ਵੀ ਕਪਤਾਨ ਦੀ ਕਬੱਡੀ, ਚਾਰ ਜਾਫੀ ਦੌਦਰ ਵਾਲੇ, ਇੱਕ ਪਾਸੇ ਕਹਿੰਦੇ ਵੀ ਪੀਤਾ ਥਾਪੀਆਂ ਮਾਰ ਰਿਹਾ, ਔਰ ਦੂਸਰੇ ਬੰਨੇ ਸੰਦੂਰਾ ਤੇ ਨਾਲ ਹੀ ਵਰਿੰਦਰ ਦੌਦਰ ਵਾਲਾ, ਚਾਰ ਜਾਫੀ ਐਨ ਪੂਰੀ ਤਿਆਰੀ ਦੇ ਵਿੱਚ ਲਟੈਨਾ ਵਰਗੇ ਕਿ ਅੰਮ੍ਰਿਤਸਰੀਆ ਮੁੰਡਿਆ ਵੇ ਕੱਚੀਆਂ ਕਲੀਆਂ ਨਾ ਤੋੜ, ਅੰਮ੍ਰਿਤਸਰੀਆ ਮੁੰਡਿਆ। ਔਰ ਸਾਹਮਣੇ ਪੁਆਇੰਟ ਕਪਤਾਨ ਦੇ ਖਾਤੇ ਹੈ, ਇਹ ਪੁਆਇੰਟ ਜਿਹੜਾ ਰੇਡਰ ਦੇ ਖਾਤੇ ਹੈ। ਸੋਨਾਲੀ ਬਿੱਟੂ ਇਸ ਸਮੇਂ ਅਗਲੀ ਕਬੱਡੀ ਪਾ ਰਿਹਾ ਹੈ, ਔਰ ਅਗਲਾ ਮੁਕਾਬਲਾ ਜਿਹੜਾ ਹੋਣਾ ਹੈ, ਇਹ ਦੋਨੋਂ ਟੀਮਾਂ ਵਿੱਚ ਤਿਆਰ ਰਹਿਣ, ਮਹੀਆਂ ਵਾਲਾ ਤੇ ਗਲਬਕਲਾਂ ਦੀਆਂ ਟੀਮਾਂ ਵੀ ਆਪਣੇ ਆਪ ਨੂੰ ਤਿਆਰ ਰੱਖਣ। ਸੋ ਲਾਸਟ ਮੈਚ ਇਸ ਰਾਊਂਡ ਦਾ ਹੋਵੇਗਾ ਮਹੀਆਂ ਵਾਲਾ ਤੇ ਗਲਬਕਲਾਂ, ਇਹ ਕਲਿਆਣ ਤੇ ਰਾਣਾ ਕਲੱਬ ਦੌਰਾ ਤੁਸੀਂ ਮੈਚ ਤੱਕ ਰਹੇ ਹੋ। ਹਾਂਜੀ, ਸਮਾਂ ਤੁਸੀਂ ਨੋਟ ਰੱਖਣਾ, ਮਹੀਆਂ ਵਾਲਾ ਤੇ ਗਲਬਕਲਾਂ ਦੀਆਂ ਟੀਮਾਂ ਪਹੁੰਚ ਗਈਆਂ ਬਾਈ, ਮਹੀਆਂ ਵਾਲਾ ਚੱਕੇ, ਗਲਬਕਲਾਂ ਵੀ ਆ ਗਏ, ਗਲਬਕਲਾਂ ਦੀ ਜੇ ਟੀਮ ਪਹੁੰਚਿਆ ਚੁੱਕੇ ਮੜਾ ਜਾ, ਕਿਉਂਕਿ ਲਾਸਟ ਮੁਕਾਬਲਾ, ਉਸ ਤੋਂ ਬਾਅਦ ਜਿਹੜਾ ਵਾਹ ਨਹੀਂ ਰਿਸਾ। ਇਸ ਸਮੇਂ ਮੈਂ ਵੇਖ ਰਿਹਾ ਵੀ ਪੀਤਾ ਦੌਦਰ ਵਾਲਾ ਕਪਤਾਨ ਨੂੰ ਜਫਾ ਲਾ ਰਿਹਾ, ਔਰ ਪੁਆਇੰਟ ਜਿਹੜਾ ਸਟਾਪਰਾਂ ਦੇ ਖਾਤੇ ਹੈ, ਇਹ ਪੁਆਇੰਟ ਜਿਹੜਾ ਜਾਫੀਆਂ ਦੇ ਖਾਤੇ ਹੈ। ਸੁਆਬੀ ਨੌਜਵਾਨ ਪਾਵੀ ਕਬੱਡੀ ਦੌਦਰੀ, ਇਸ ਸਮੇਂ ਮੈਂ ਵੇਖ ਰਿਹਾ ਵੀ ਕਬੱਡੀ ਪਾ ਰਹੇ, ਔਰ ਸਾਹਮਣੇ ਬੂਟੇ ਨੇ ਕਬੱਡੀ ਪਾਈ ਹੈ, ਚਾਰ ਜਾਫੀ ਬਿਲਕੁਲ ਪੂਰੀ ਤਿਆਰੀ ਦੇ ਵਿੱਚ ਨੇ, ਇੱਕ ਪਾਸੇ ਕਲਿਆਣਾ ਵਾਲਾ ਘੇਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ, ਔਰ ਪੁਆਇੰਟ ਜਿਹੜਾ ਇਸ ਸਮੇਂ ਬੂਟਾ ਦੌਦਰ ਦੇ ਲਈ ਜੋੜਦਾ ਹੋਇਆ, ਔਰ ਦੂਸਰੇ ਬੰਨੇ ਤਾਰੀ ਅਗਲੀ ਕਬੱਡੀ ਪਾ ਰਹੇ ਹੈ, ਔਰ ਜਿੰਨੀਆਂ ਵੀ ਰੱਬ ਰੂਪੀ ਸੰਗਤਾਂ ਦਰਸ਼ਕ ਵੀਰ ਪੁੱਜੇ ਹੈ, ਸਮੁੱਚੇ ਸਪੋਰਟਸ ਕਲੱਬ ਦੇ ਵੱਲੋਂ ਅਸੀਂ GI ਨੂੰ ਆਖਦੇ ਹਾਂ ਧੰਨਵਾਦ ਕਰਦੇ ਹਾਂ। ਔਰ ਮੈਂ ਵੇਖ ਰਿਹਾ ਵੀ ਤਾਰੀ ਔਰ ਮੁਕਾਬਲਾ ਹੋਇਆ, ਔਰ ਪੁਆਇੰਟ ਜਿਹੜਾ ਇਸ ਸਮੇਂ ਤਾਰੀ ਦੇ ਖਾਤੇ ਜੁੜਦਾ ਹੋਇਆ, ਨਾਲ ਹੀ ਮਹੀਆਂ ਵਾਲਾ ਤੇ ਗਲਬਕਲਾਂ ਆਪਣੇ ਆਪ ਨੂੰ ਤਿਆਰ ਰੱਖੇ ਅਗਲੇ ਮੁਕਾਬਲੇ ਦੇ ਲਈ। ਚੱਲ ਵੀ ਨੌਜਵਾਨ ਪਾਵੀ ਬਿੱਟੂ ਸਿਆਂ ਕਬੱਡੀ ਦਗਾਲ ਵਾਲੇ ਬਿੱਟੂ ਨੇ ਕਹਿੰਦੇ ਬੜੀ ਪ੍ਰਸਿੱਧੀ ਹਾਸਲ ਕੀਤੀ ਹੈ ਕਿ ਫੜਕ ਦੇ ਡੌਲੇ ਕੁਝ ਲੱਗਦਾ ਕਰਾਉਣਗੇ, ਔਰ ਵੇਖ ਰਹੇ ਹਾਂ ਵੀ ਇਸ ਸਮੇਂ ਖੁੱਚ ਪੱਟੀ ਹੈ, ਇੱਕ ਪਾਸੇ ਕਲਿਆਣਾ ਵਾਲਾ ਔਰ ਦੂਸਰੇ ਬੰਨੇ ਬਿੱਟੂ ਦੌਦਰੀਆ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ ਕਿ ਫੜਕ ਦੇ ਡੌਲੇ ਕੁਝ ਲੱਗਦਾ ਕਰਾਉਣਗੇ, ਰੇਡਰ ਤੇ ਜਾਫੀ ਜਦੋਂ ਟਕਰਾਉਣਗੇ, ਸਾਣ ਜਿੰਨਾ ਜ਼ੋਰ ਸਾਨੂੰ ਲਾਉਣਾ ਹੁਣ ਪੈਣਾ ਹੈ, ਇੱਕ ਇੱਕ ਨੰਬਰ ਹੀ ਟੀਮਾਂ ਨੂੰ ਜਿਤਾਉਣਗੇ, ਕਿਹਦੇ ਸਿਰੇ ਜਿੱਤ ਵਾਲਾ ਤਾਜ ਅੱਜ ਵੱਜਦਾ ਹੈ। ਆਓ ਵੇਖ ਰਿਹਾ ਵੀ ਵਰਿੰਦਰ ਤੋਂ ਤਾਰੀ ਪੁਆਇੰਟ ਲੈ ਕੇ ਵਾਪਸ ਜਾਂਦਾ ਹੋਇਆ। ਚੱਲ ਵੀ ਨੌਜਵਾਨ ਪਾ ਵੀ ਕਬੱਡੀ ਬੂਟਾ ਸੇ, ਕਦੇ ਬੂਟੇ ਭਾਈ ਵਾਲੇ ਦੀ ਗੱਲ ਹੁੰਦੀ ਹੈ, ਨਾਲ ਹੀ ਜਲਾਲਪੁਰਾ ਤੇ ਜਲਾਲ ਏ ਦੀਆਂ ਟੀਮਾਂ, ਜਲਾਲ ਏ ਬਗਰਾੜੀ ਏ ਤੇ ਕੋਰੇ ਵਾਲਾ, ਇਹ ਵੀ ਟੀਮਾਂ ਆਪਣੇ ਆਪ ਨੂੰ ਤਿਆਰ ਰੱਖਣ। ਸੋ ਨਾਲ ਹੀ ਮਹੀਆਂ ਵਾਲਾ ਤੇ ਗਲਬਕਲਾਂ ਵੀ ਤਿਆਰ ਰਹੇ, ਕੋਰ ਸਿੰਘ ਵਾਲਾ। ਹਾਂ ਠੀਕ ਹੈ ਜੀ, ਉਸ ਤੋਂ ਅਗਲੇ ਮੈਚ ਹੋਣੇ ਆ, ਉਹ ਨਾਲ ਦੀ ਨਾਲ ਹੀ ਅਨਾਊਂਸ ਕਰਨੇ ਆ। ਜਲਾਲਪੁਰਾ ਤੇ ਜਲਾਲ ਏ ਆਪਣੇ ਆਪ ਨੂੰ ਤਿਆਰ ਕਰਕੇ ਗਰਾਊਂਡ ਵੱਲ ਆਵੇ, ਬਗਰਾੜੀ ਏ ਤੇ ਕੋਰੇ ਕੋਰੇ ਵਾਲਾ ਜੀ।
ਕੋਰ ਸਿੰਘ ਵਾਲਾ, ਠੀਕ ਹੈ ਜੀ, ਕੋਰ ਸਿੰਘ ਵਾਲਾ। ਔਰ ਇਸ ਤੋਂ ਬਾਅਦ ਜਿਹੜੇ ਮੁਕਾਬਲੇ ਹੋਣੇ ਹੈ ਨਾਲ ਦੀ ਨਾਲ ਅਸੀਂ ਟੀਮਾਂ ਨੂੰ ਜਿਹੜਾ ਅਨਾਊਂਸ ਕਰਨਾ ਹੈ। ਔਰ ਮਹੀਆਂ ਵਾਲਾ ਅਤੇ ਗਲਬ ਕਲਾਂ ਵੀ ਆਪਣੇ ਆਪ ਨੂੰ ਤਿਆਰ ਰੱਖੇ। ਇਧਰਲੇ ਪਾਸੇ ਪੁਆਇੰਟ ਜਿਹੜਾ ਜਾਫੀ ਦੇ ਖਾਤੇ ਹੈ, ਇਹ ਪੁਆਇੰਟ ਜਿਹੜਾ ਦਾਉਦਰ ਦੀ ਟੀਮ ਦੇ ਲਈ ਜੁੜਦਾ ਹੋਇਆ। ਸੁਆਬੀ ਬਿੱਟੂਸੀਏ ਪਾਬੀ ਕਬੱਡੀ ਨੌਜਵਾਨ, ਔਰ ਵੇਖ ਰਹੇ ਹਾਂ ਵੀ ਸਾਹਮਣੇ ਇਸ ਸਮੇਂ ਕਹਿੰਦੇ ਬਿੱਟੂ ਨੇ ਕਬੱਡੀ ਪਾਈ ਹੈ। ਡਿੱਗਿਆਂ ਦਾ ਹਮੇਸ਼ਾ ਹੱਥ ਫੜੀਏ, ਕਦੇ ਪੈਰ ਉਹਨਾਂ 'ਤੇ ਧਰੀਏ ਨਾ, ਔਰ ਡਿੱਗੇ ਉੱਤੇ ਵਾਰ ਕਰੇ ਇਸ ਗੱਲ ਨੂੰ ਕਦੇ ਫਿਰ ਜਰੀਏ ਨਾ। ਮੈਂ ਨਾ ਡਿੱਗਿਆ ਅੱਜ ਤਾਈਂ ਇਸ ਗੱਲ ਦਾ ਦਾਅਵਾ ਕਰੀਏ ਨਾ, ਡਿੱਗ ਡਿੱਗ ਕੇ ਜੇ ਚੱਲਣਾ ਆ ਜਾਵੇ ਤੇ ਕਦੇ ਡਿੱਗਣ ਕੋਲੋਂ ਡਰੀਏ ਨਾ, ਕਦੇ ਡਿੱਗਣ ਕੋਲੋਂ ਡਰੀਏ ਨਾ। ਔਰ ਚੱਲ ਵੀ ਤਾਰੀ ਸੀਆਂ ਪਾ ਵੀ ਕਲਿਆਣਾ ਵਾਲਿਆ ਕਬੱਡੀ ਨੌਜਵਾਨ ਹੈ, ਇੱਕ ਪਾਸੇ ਜ਼ਿਲ੍ਹਾ ਬਠਿੰਡਾ, ਔਰ ਦੂਸਰੇ ਬੰਨੇ ਵੇਖ ਰਹੇ ਹਾਂ ਵੀ ਇਹ ਦੌਦਰ ਦੀ ਧਰਤੀ ਦੇ ਜਿੱਥੋਂ ਦੇ ਸੰਤ ਮਹਾਂਪੁਰਸ਼ ਬੜੇ ਮਸ਼ਹੂਰ ਨੇ। ਇੱਕ ਪਾਸੇ ਪੀਤਾ, ਨਾਲ ਹੀ ਕਹਿੰਦੇ ਵੀ ਦੌਦਰ ਵਾਲੇ ਵਰਿੰਦਰ ਦੇ ਨਾਲ ਮੁਕਾਬਲਾ ਹੋ ਚੁੱਕਿਆ ਹੈ। ਇਸ ਸਮੇਂ ਐਂ ਢਾ ਕੇ ਹਿੱਕ ਦੇ ਉੱਪਰ ਬਹਿਣ ਵਾਲੀ ਕੋਸ਼ਿਸ਼ ਕੀਤੀ ਇਸ ਨੌਜਵਾਨ ਨੇ। ਔਰ ਵੇਖ ਰਿਹਾ ਵੀ ਇੱਕੋ ਜਿਹੀਆਂ ਪੱਟੀਆਂ ਤੇ ਇੱਕੋ ਜਿਹਾ ਰੰਗ, ਇੱਕੋ ਜਿਹਾ ਕੱਦ। ਹੈਲੋ, ਹਾਂਜੀ, ਸਾਡੇ ਬਿਜਲੀ ਮੁਲਾਜ਼ਮ ਜੀਤਾ ਤੇ ਭੂਰੇ ਲਾਲ, ਉਹਨਾਂ ਨੂੰ ਬੇਨਤੀ ਹੈ ਕਿ ਮੰਡੀ ਵਾਲੇ ਟਰਾਂਸਫਰ ਤੋਂ ਲਾਈਟ ਬੰਦ ਹੈ ਤੇ ਉੱਥੇ ਚਲੇ ਜਾਣ। ਸਾਡੇ ਅੱਜ ਦੇ ਮਹਿਮਾਨ ਜੀ ਸਾਡੇ ਦਰਮਿਆਨ ਪਹੁੰਚ ਚੁੱਕੇ ਨੇ। ਔਰ ਵੇਖ ਰਹੇ ਹਾਂ ਵੀ ਸਾਹਮਣੇ ਇਸ ਸਮੇਂ ਇਹ ਬਿੱਟੂ ਦੌਦਰ ਵਾਲਾ ਐਸ ਕਬੱਡੀ ਪਾ ਰਹੇ, ਚਾਰ ਜਾਫੀ ਨੇ, ਹਲਕਾ ਮੁਕਾਬਲਾ ਹੋਇਆ। ਪਾਸੇ ਹਰ ਜਾ ਸੋਹਣਿਆ, ਪਾਸੇ ਬੈਠ ਜਾਓ ਮੇਰੇ ਵੀਰ ਬਣ ਕੇ, ਜਿੰਨਾ ਖਿਡਾਰੀਆਂ ਦਾ ਕੋਈ ਮੈਚ ਨਹੀਂ ਹੈ ਬੈਠ ਜਾਣ, ਤਾਂ ਕਿ ਪਤਾ ਲੱਗ ਜਾਏ। ਹਲਕੀ ਸੱਟ ਲੱਗੀ, ਛੱਡਦੇ ਵੀਰ। ਹੈਲੋ, ਆ ਵਾਧੂ ਖਿਡਾਰੀ ਨੂੰ ਬੇਨਤੀ ਆ ਜੀ ਬਾਹਰ ਆ ਜਾਣ। ਆ ਜਿਹੜੇ ਵਾਧੂ ਸਪੇਅਰ ਖਿਡਾਰੀ ਹੈ, ਕਿਰਪਾ ਕਰਕੇ ਸਾਈਡ ਤੇ ਬੈਠ ਜਾਣ। ਇੱਕ ਮਿੰਟ, ਇੱਕ ਵਾਰ ਨਮਸਕਾਰ ਨਾ, ਜਿਹਨਾਂ ਦੀ ਕੋਈ ਡਿਊਟੀ ਨਹੀਂ ਕਰਦਾ, ਕਿਰਪਾ ਕਰਕੇ ਬਾਹਰ ਹੋ ਜਾਣ। ਇੱਕ ਮਿੰਟ, ਸਾਡੇ ਦਰਬਾਰ, ਸਾਡੇ ਅੱਜ ਦੇ ਮਹਿਮਾਨ ਡੀਐਸਪੀ ਸਾਹਿਬ ਸਰਦਾਰ ਬਿਕਰਮਜੀਤ ਸਿੰਘ ਜੀ ਤੇ ਉਹਨਾਂ ਦੇ ਨਾਲ ਐਸਡੀਐਮ ਸਾਹਿਬ ਪਹੁੰਚੇ ਆ। ਇੱਥੇ ਪਹੁੰਚਣ ਦੇ ਅਸੀਂ ਉਹਨਾਂ ਨੂੰ ਜੀ ਹੋਏ ਕਹਿੰਦੇ ਹਾਂ। ਸਾਡੇ ਕਲੱਬ ਵੱਲੋਂ ਉਹਨਾਂ ਦੇ ਇੱਥੇ ਪਹੁੰਚਣ ਤੇ ਪਿੰਡ ਵੱਲੋਂ ਵੀ ਧੰਨਵਾਦ ਕਰਦੇ ਹਾਂ। ਆ ਜਿਹੜੇ ਸਪੇਅਰ ਖਿਡਾਰੀ ਹੈ, ਕਿਰਪਾ ਕਰਕੇ ਗਰਾਊਂਡ ਦੀ ਲਾਈਨ ਤੋਂ ਪਾਸੇ ਦਰੀ ਲੱਗੀ ਹੋਈ ਹੈ, ਉਸ ਤੇ ਜਾ ਕੇ ਬੈਠ ਜਾਣ। ਲਓ, ਵਰਿੰਦਰ ਦੌਦਰ ਵਾਲੇ ਲਾਤਾ ਜੱਫਾ, ਪੁਆਇੰਟ ਜਿਹੜਾ ਸਟਾਪਰ ਦੇ ਖਾਤੇ ਹੈ। ਕੋਰੇ ਵਾਲਾ ਤੇ ਮੰਝਾਂ ਵਾਲਾ ਸੈਂਟਰ ਲਾਈਨ ਤੇ ਆ ਜਾਣ, ਕੋਰੇ ਵਾਲਾ ਤੇ ਮੰਝਾਂ ਵਾਲਾ। ਸੋ ਇੱਕ ਕਬੱਡੀ ਦਾ ਇਸ਼ਾਰਾ, ਤੇ ਜਿਹੜੇ ਸੱਜਣ ਦੀ ਕੋਈ ਡਿਊਟੀ ਨਹੀਂ ਗਰਾਊਂਡ ਦੇ ਵਿੱਚ ਜਾਂ ਵਾਧੂ ਖਿਡਾਰੀ ਨੇ, ਸੋ ਕਿਰਪਾ ਕਰਕੇ ਇਹ ਦਰਸ਼ਕਾਂ ਦੀ ਫਰਮਾਇਸ਼ ਆ ਵੀ ਕਿਰਪਾ ਗਰਾਊਂਡ 'ਚ ਪਾਸੇ ਰਹਿਣ।